ਭਾਈ ਸਾਹਿਬ ਜੀ, ਪੱਥਰ ਬਾਰੇ ਹੋਰ ਕੀ ਲਿਖਿਆ ਗੁਰਬਾਣੀ ਦੇ ਵਿੱਚ? ਦੇਖੋ, ਇੱਕ ਤਾਂ ਪ੍ਰਤੱਖ ਹੋ ਗਿਆ ਕਿ ਪੱਥਰ ਇੱਕ ਜਨੂਨ ਹੈ। ਸਾਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਬਹੁਤ ਕੁਛ ਦੱਸਿਆ। ਠਾਕੁਰ ਹਮਰਾ ਸਦ ਬੁਲੰਤਾ, ਸਰਬ ਜੀ ਕੋ ਪ੍ਰਭ ਦਾਨ ਦਿੱਤਾ ਜੀ। ਠੀਕ ਹੈ ਨੀ, ਕਿ ਉਹ ਤਾਂ ਸਦਾ ਹੀ ਕਹਿੰਦੇ ਬੋਲਦਾ ਪਿਆ ਆ ਤੇ ਸਾਰਿਆਂ ਨੂੰ ਕਹਿੰਦੇ ਵੀ ਸਵਾਸਾਂ ਰੂਪੀ ਧਨ ਦੇ ਕੇ ਜੀਂਦਾ ਰੱਖ ਰਿਹਾ ਜੀ। ਤੇ ਇਹ ਉਹਦੀ ਇੱਛਾ ਹੈ, ਕਿੰਨੇ ਉਹਨੇ ਸਵਾਸ ਦੇਣੇ ਆ, ਪ੍ਰਭ ਭਾਵੇਂ ਬਿਨ ਸਵਾਸ ਤੇ ਰੱਖੇ। ਵੈਸੇ ਤਾਂ ਕਹਿੰਦੇ ਵੀ ਗਿਣਤੀ ਦੇ ਸਵਾਸ ਦਿੱਤੇ ਆ, ਪਰ ਉਹਦੀ ਇੱਛਾ ਹੈ, ਵੱਧ ਜਾਵੇ ਘੱਟ ਜਾਵੇ ਉਹ ਉੱਤੇ ਡਿਪੈਂਡ ਆ, ਕਿਉਂਕਿ ਉਹ ਸਾਡਾ ਮਾਤਾ ਪਿਤਾ ਆ ਜੋ ਸਾਨੂੰ ਦੇ ਰਿਹਾ ਧਨ ਜੀ। ਇਸ ਕਰਕੇ ਮਹਾਰਾਜ ਸਮਝਾ ਰਹੇ, ਕਹਿੰਦੇ ਕਿ ਪੱਥਰ ਦੀ ਬਜਾਏ ਕਹਿੰਦੇ ਆਪਾਂ ਅੰਦਰ ਦੀ ਖੋਜ ਕਰੀਏ। ਅੰਦਰ ਹੀ ਆ ਕਹਿੰਦੇ ਉਹ ਸਾਡੀ ਜਿਹੜੀ ਮੂਰਤ ਨੂੰ ਅਸੀਂ ਮਿਲਣਾ, ਉਹ ਮੂਰਤ ਕਹਿੰਦੇ ਸਾਡੇ ਅੰਦਰ ਹੀ ਆ। ਹਾਂ, ਤੁਸੀਂ ਇੱਕ ਵਾਰੀ ਮਨ ਕਰਕੇ ਉਸਨੂੰ ਯਾਦ ਕਰ ਲਿਆ ਕਿਸੇ ਵੀ ਭਾਸ਼ਾ ਦੇ ਵਿੱਚ, ਚਾਹੇ ਹੇ ਰਾਮ ਕਹਿਤਾ, ਚਾਹੇ ਅੱਲਾਹੂ ਕਹਿਤਾ, ਚਾਹੇ ਵਾਹਿਗੁਰੂ ਕਹਿਤਾ, ਆਪਣੇ ਨਾਮ ਨਾ, ਅਸੰਖ ਨਾਮ ਅਸੰਖ ਥਾਂ, ਆਪਣੀ ਭਾਸ਼ਾ ਦੇ ਵਿੱਚ ਅਸੀਂ ਉਹਦੇ ਨਾਮ ਰੱਖੇ। ਗੁਰਬਾਣੀ ਚ ਵੀ ਭਾਈ ਸਾਹਿਬ ਅਨੇਕਾਂ ਠਾਕੁਰ ਕਿਹਾ, ਬੀਠਲ ਕਿਹਾ, ਮਾਧੋ ਕਿਹਾ, ਅਣਗਿਣਤ ਨਾਮ ਆ ਪਰਮਾਤਮਾ ਦੇ, ਔਰ ਉਹ ਵੀ ਗੁਰੂ ਸਾਹਿਬਾਨਾਂ ਨੇ ਔਰ ਭਗਤ ਸਾਹਿਬਾਨਾਂ ਨੇ, ਜਿਹੜੇ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੀ ਆਮਦ ਹੋਈ ਉੱਪਰੋਂ ਪਰਮਾਤਮਾ ਵੱਲੋਂ, ਉਹਨਾਂ ਨੇ ਉਸ ਨਾਮ ਨਾਲ ਪਰਮਾਤਮਾ ਨੂੰ ਬੁਲਾਇਆ। ਬਿਲਕੁਲ ਬਿਲਕੁਲ, ਕਿਸੇ ਵੀ ਨਾਮ ਨਾਲ ਤੁਸੀਂ ਬੁਲਾ ਸਕਦੇ ਹੋ। ਬਸ ਇਹੀ ਉਹਨਾਂ ਨੇ ਸਮਝਾਇਆ ਕਿ ਜਿਸ ਮਰਜ਼ੀ ਨਾਮ ਦੇ ਨਾਲ ਉਹਨੂੰ ਤੁਸੀਂ ਯਾਦ ਕਰ ਲਓ, ਤੁਹਾਡੇ ਸਵਾਸ ਜਮਾ ਜੀ, ਗਿਣਤੀ ਸਾਰੀ ਜਮਾ ਤੇ ਘਟਾਓ ਦੀ ਆ, ਕਿਉਂਕਿ ਹਿਸਾਬ ਕਿਤਾਬ ਵੀ ਅਖੀਰ ਦੇ ਵਿੱਚ ਸਾਡੇ ਸਵਾਸਾਂ ਦਾ ਹੀ ਹੋਣਾ। ਇਹ ਦੁਨਿਆਵੀ ਧਨ ਜਾਂ ਦੁਨਿਆਵੀ ਕੋਠੀਆਂ, ਮੰਦਰ, ਮਹਿਲ, ਮਾੜੀਆਂ, ਇਹਨਾਂ ਦਾ ਕੋਈ ਹਿਸਾਬ ਨਹੀਂ ਹੋਣਾ ਜੀ। ਇਹ ਤਾਂ ਅਸੀਂ ਆਪਣੀਆਂ ਲੋੜਾਂ ਲਈ ਖੁਆਇਸ਼ਾਂ ਵਧਾਈਆਂ ਤੇ ਪਰਮਾਤਮਾ ਕਿਰਪਾ ਕਰੇ, ਜਿੰਨੀ ਖੁਆਇਸ਼ ਘੱਟ ਹੋਊਗੀ ਓਨਾ ਜ਼ਿਆਦਾ ਤੁਸੀਂ ਸੁਖੀ ਹੋਵੋਗੇ, ਜਿੰਨੀ ਖੁਆਇਸ਼ ਵੱਡੀ ਹੋਊਗੀ ਓਨਾ ਜ਼ਿਆਦਾ ਦੁਖੀ ਹੋਵੋਗੇ। ਆਪਣੇ ਤੇ ਡਿਪੈਂਡ ਆ। ਤੇ ਬਾਕੀ ਇਹ ਕਿ ਜੇ ਉਹਨੇ ਭੇਜਿਆ ਸਾਨੂੰ, ਉਹ ਹਰ ਥਾਂ ਸਾਡੀ ਰੱਖਿਆ ਕਰਦਾ। ਜਾ ਕੇ ਸਾਸ ਨਾ ਕਾੜ ਆਪ ਤਾਂ ਕੋ ਰੱਖੇ ਦੇ ਕਰ ਹਾਥ, ਜਿੰਨਾ ਚਿਰ ਤੱਕ ਉਹ ਆਪ ਸਾਡੇ ਸਵਾਸ ਹੁਕਮ ਨਹੀਂ ਕਰਦਾ, ਜਮਾਂ ਨੂੰ ਵੀ ਵਾਪਸ ਨੂੰ ਬੁਲਾਓ, ਓਨਾ ਚਿਰ ਤੱਕ ਕਹਿੰਦੇ ਉਹ ਸਾਡੀ ਹਰ ਪਾਸਿਓਂ ਰੱਖਿਆ ਕਰ। ਜਿੱਦਾਂ ਆਪਣੇ ਗੁਰੂ ਸਾਹਿਬਾਨ ਆ ਜਿੰਨੇ ਵੀ ਹੋਏ ਆ, ਜਾਂ ਹੋਰ ਵੀ ਅਵਤਾਰੀ ਪੁਰਖ ਮਹਾਂਪੁਰਖ ਹੋਏ ਆ, ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਸੀਗੀ ਦੇਖਣ ਦੀ, ਉਹਨਾਂ ਨੇ ਪਰਮਾਤਮਾ ਨੂੰ ਇਸ ਤਰੀਕੇ ਨਾਲ ਦੇਖਿਆ ਕਿ ਉਹਨਾਂ ਨੇ ਕਣ ਕਣ ਚੋਂ ਰੱਬ ਨੂੰ ਦੇਖਿਆ। ਬਿਲਕੁਲ, ਤੇ ਉਹਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ, ਹਵਾ, ਪਾਣੀ, ਅਗਨ, ਆਕਾਸ਼, ਪੱਥਰ ਵੀ। ਈਵਨ ਕਿ ਅਗਰ ਕਿਸੇ ਦੀ ਬਿਰਤੀ ਇੱਥੇ ਤੱਕ ਪਹੁੰਚ ਜਾਵੇ ਕਿ ਉਹ ਰੱਬ ਨੂੰ, ਪਰਮਾਤਮਾ ਨੂੰ ਕਣ ਕਣ ਚੋਂ ਮਹਿਸੂਸ ਕਰੇ ਵੀ ਹਰ ਇੱਕ ਆਲੇ ਦੁਆਲੇ ਤੁਹਾਡੇ ਪਰਮਾਤਮਾ ਹੀ ਵੱਸ ਰਿਹਾ ਹੈ, ਫਿਰ ਆਪਾਂ ਕਹਿ ਸਕਦੇ ਹਾਂ ਵੀ ਠੀਕ ਆ ਜੀ, ਇਹਨੂੰ ਪੱਥਰ ਚੋਂ ਵੀ ਰੱਬ ਦਿਖ ਰਿਹਾ ਵੀ, ਅਗਰ ਉਹ ਉੱਥੇ ਤੱਕ ਪਹੁੰਚ ਜਾਵੇ ਤੇ। ਬਿਲਕੁਲ ਜੀ, ਇੱਦਾਂ ਕਿ ਖੇਡ ਆ ਪਰਮਾਤਮਾ ਦਾ, ਉਹਨੇ ਇੱਕ ਰਚਨਾ ਰਚੀ ਹੈ, ਇੱਕ ਕਹਿ ਲਓ ਕਿ ਡਰਾਮੇ ਦੇ ਵਿੱਚ ਰੋਲ ਦਿੱਤਾ ਸਾਨੂੰ। ਹੁਣ ਸਾਨੂੰ, ਅਸੀਂ ਵੱਡੇ ਹੋ ਗਏ, ਸਾਨੂੰ ਮਾਤਾ ਪਿਤਾ ਦਾ ਰੋਲ ਦੇ ਦਿੱਤਾ, ਬੱਚੇ ਆ ਗਏ ਆ ਤੇ ਬੱਚਿਆਂ ਨੂੰ ਬੱਚਿਆਂ ਦਾ ਰੋਲ ਦੇ ਦਿੱਤਾ ਹੈ ਜੀ। ਗਾਂ ਵੀ ਵੱਡੇ ਹੋ ਜਾਣੇ, ਉਹ ਮਾਤਾ ਪਿਤਾ ਬਣ ਜਾਣੇ, ਏਦਾਂ ਇਹ ਰੋਲ ਦੇਈ ਜਾਂਦਾ ਹੈ। ਕੋਈ ਮਾਤਾ ਪਿਤਾ ਦਾ, ਕੋਈ ਧੀ ਦਾ, ਕੋਈ ਭੈਣ ਦਾ, ਕੋਈ ਆਪਣੇ ਪਤਨੀ ਦਾ, ਏਦਾਂ ਰੋਲ ਦੇ ਰਿਹਾ ਉਹ ਹੈ। ਰੋਲ ਦੇ ਕੇ ਕਰਮ ਉੱਥੇ ਸਾਰਿਆਂ ਨੂੰ ਇੱਕੋ ਹੀ ਕਰਨ ਨੂੰ ਕਹਿ ਹਦਾਇਤ ਕੀਤੀ ਹੈ। ਤੁਸੀਂ ਧਿਆਨ ਨਾਲ ਦੇਖੋ ਵੀ ਜਿੰਨੇ ਵੀ ਭਗਤ ਗੁਰੂ ਸਾਹਿਬ ਜਿਨ੍ਹਾਂ ਦਾ ਜ਼ਿਕਰ ਅੱਜ ਤੱਕ ਆ ਰਿਹਾ, ਸਾਰਿਆਂ ਨੇ ਸ਼ਬਦ ਦੀ ਕਮਾਈ ਕਰਕੇ ਉਸ ਪਰਮਾਤਮਾ ਨੂੰ ਪਾਇਆ ਜੀ। ਤੇ ਪਰਮਾਤਮਾ ਹੈਗਾ ਨਿਰਾਕਾਰ, ਨਿਰੰਕਾਰ ਤਾਂ ਹੀ ਉਹਨੂੰ ਆਪਾਂ ਕਹਿੰਦੇ, ਆਕਾਰਾਂ ਤੋਂ ਰਹਿ ਤੇ ਉਹ, ਪਰ ਫਿਰ ਵੀ ਅਸੀਂ ਉਹਨੂੰ ਦੇਖ ਸਕਦੇ ਹਾਂ ਜੀ। ਜਿੱਦਾਂ ਉਹ ਕਹਿ ਲਓ ਕਿ ਇੱਕ ਬੁੱਲੇ ਸ਼ਾਹ ਦਾ ਪੰਜਾਬੀ ਉਹ ਹੈ ਨੀ ਕਿ ਬੁੱਲਿਆ ਉਹ ਤੇਤੋਂ ਵੱਖ ਨੀ, ਸਿਰਫ ਤੇਰੀ ਦੇਖਣ ਵਾਲੀ ਅੱਖ ਨੀ ਜੀ। ਪਰ ਚਲੋ ਗੁਰਬਾਣੀ ਚੋਂ ਨਹੀਂ ਹੋ, ਜੇ ਗੁਰਬਾਣੀ ਮੁਤਾਬਕ ਆਪਾਂ ਦੇਖੀਏ ਤੇ ਆਪਾਂ ਕਹਿ ਲਓ ਕਿ ਇੱਕ ਬੰਦਾ ਜੇ ਤੁਹਾਨੂੰ ਜਾਲ ਚ ਫਸਾਉਂਦਾ ਹੈ,
ਪੱਥਰ ਦੇ ਮਗਰ ਲਾਤਾ ਹੈ ਜੀ, ਦ੍ਰਿਸ਼ਟਮਾਨ ਪੂਜਾ ਚ ਲਾਤਾ। ਦ੍ਰਿਸ਼ਟਮਾਨ ਹੀ ਹੋ ਗਈ ਹੈ ਪੂਜਾ, ਤੇ ਜਿਹੜੀ ਅਕਾਲ ਪੁਰਖ ਦੀ ਪੂਜਾ ਉਹ ਦ੍ਰਿਸ਼ਟਮਾਨ ਨਹੀਂ, ਉਹ ਨਿਰਾਕਾਰ ਆ, ਉਹਦੀ ਨਿਰਾਕਾਰ ਦੀ ਪੂਜਾ ਜਿਹੜੀ ਆ ਉਹ ਏਦਾਂ ਨਹੀਂ। ਉਹ ਮਹਾਰਾਜ ਕਹਿੰਦੇ ਨਾ ਪੂਜਾ ਕੀ ਜੇ ਨਾਮ ਧਿਆਈਏ ਬਿਨ ਨਾਵੇਂ ਪੂਜ ਨਾ ਹੋਵੇ। ਜਿੰਨਾ ਚਿਰ ਤੱਕ ਤੁਹਾਡੇ ਅੰਦਰੋਂ ਨਾਮ ਪ੍ਰਗਟ ਨਹੀਂ ਹੁੰਦਾ, ਤੁਸੀਂ ਉਹ ਚ ਧਿਆਨ ਲਾ ਕੇ ਨਹੀਂ ਬੈਠਦੇ, ਉਹਨਾਂ ਚਿਰ ਤੱਕ ਤੁਹਾਡੀ ਉਹ ਪੂਜਾ ਨਹੀਂ ਗਿਣੀ ਜਾਂਦੀ। ਉਸ ਪੂਜਾ ਤੱਕ ਪਹੁੰਚਣ ਲਈ ਸਾਨੂੰ, ਨਾਮ ਤੱਕ ਪਹੁੰਚਣ ਲਈ ਸਾਨੂੰ ਇਹ ਸਵਾਸਾਂ ਨੂੰ ਜਮ੍ਹਾਂ ਕਰਾਉਣਾ ਪੈਂਦਾ, ਤੇ ਜਮ੍ਹਾਂ ਪੂੰਜੀ ਦੇ ਬਦਲੇ ਉਹ ਮਾਲਕ ਸਾਨੂੰ ਨਾਮ ਧੰਨ ਦਿੰਦਾ, ਸਤਿਗੁਰ ਸਿੱਖ ਉਹ ਨਾਮ ਧੰਨ ਦੇ। ਤਾਂ ਕਹਿੰਦੇ ਗੁਰ ਕਾ ਸਿੱਖ ਵਡਭਾਗੀ ਹੈ, ਤਾਂ ਕਹਿੰਦੇ ਅਸੀਂ ਭਾਗਾਂ ਵਾਲੇ ਜੀ। ਇਹ ਕਾਫੀ ਡੂੰਘੀਆਂ ਗੱਲਾਂ, ਇਹ ਡੂੰਘੀਆਂ ਗੱਲਾਂ ਜੇ ਆ ਉਦਾਂ ਵੀ ਕਿਸੇ ਦੇ ਸਮਝ ਤੋਂ ਵੀ ਬਾਹਰ ਹੋ ਸਕਦੀਆਂ, ਵੀ ਸਵਾਸਾਂ ਦੇ ਬਦਲੇ ਨਾਮ ਧੰਨ ਦੀ ਪੂੰਜੀ ਮਿਲਣੀ ਆ। ਸੋ ਇਹ ਇਹ ਗੱਲਾਂ ਨੂੰ ਵਿਚਾਰਨਾ ਪੈਂਦਾ, ਔਰ ਗੁਰਬਾਣੀ ਇਹ ਇਹ ਸਭ ਕੁਛ ਜਾਣਨ ਵਾਸਤੇ ਗੁਰਬਾਣੀ ਪੜ੍ਹਨੀ ਪੈਂਦੀ ਆ, ਜਾਂ ਫਿਰ ਤੁਸੀਂ ਕਥਾ ਕੀਰਤਨ ਸੁਣੋ ਵੀ ਪਤਾ ਲੱਗੇ ਵੀ ਗੁਰਬਾਣੀ ਚ ਲਿਖਿਆ ਕੀ ਆ, ਵੀ ਕਿਵੇਂ ਇਹ ਚੀਜ਼ ਵਰਕ ਕਰਦੀ ਆ। ਜਿੱਥੇ ਹਾਂਜੀ ਨਾਮ ਦੀ ਸੰਗਤ ਹੋਵੇ ਨਾ, ਉੱਥੇ ਜਾ ਕੇ ਚੁੱਪ ਕਰਕੇ ਬੈਠ, ਇੱਥੇ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਜਿੱਥੇ ਪਰਮਾਤਮਾ ਦੇ ਨਾਮ ਦੀ ਉਸਤਤ ਹੁੰਦੀ ਹੋਵੇ ਉੱਥੇ ਜਾ ਕੇ ਬੈਠ ਜਾਓ, ਜਿੱਥੇ ਦ੍ਰਿਸ਼ਟਮਾਨ ਦੀ ਉਸਤਤ ਹੁੰਦੀ ਹੋਵੇ ਉੱਥੋਂ ਕਹਿੰਦੇ ਉੱਠ ਆਓ। ਦ੍ਰਿਸ਼ਟਮਾਨ ਜੋ ਵੀ ਆ ਨਾ, ਚਾਹੇ ਗੁਰਮੁਖ ਆ ਚਾਹੇ ਕੁਛ ਵੀ ਹੋ, ਕਿਉਂਕਿ ਉਹ ਸਾਰੇ ਨਾਸ਼ਵਾਨ ਆ, ਹੁਕਮ ਦੇ ਵਿੱਚ ਆਏ ਸੀਗੇ। ਜਿੱਦਾਂ ਸਾਡੇ ਗੁਰੂ ਸਾਹਿਬਾਨ ਭਗਤ ਜਨ ਆ, ਉਹਨਾਂ ਨੇ ਆ ਹੁਕਮ ਦੇ ਵਿੱਚ ਆ ਕੇ ਖੇਡ ਖੇਡੀ ਆ। ਉਹ ਆਪਣੇ ਆਪ ਨੂੰ ਨਹੀਂ ਕਹਿ ਰਹੇ ਵੀ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰੇ, ਸਾਨੂੰ ਪਰਮੇਸ਼ਰ ਨਾ ਜਾਣੋ, ਅਸੀਂ ਤਾਂ ਕਹਿੰਦੇ ਸਾਨੂੰ ਰੋਲ ਦਿੱਤਾ ਆ, ਅਸੀਂ ਉਹ ਨਿਭਾਉਣ ਆਏ, ਉਹ ਪਰਮੇਸ਼ਰ ਦੀ ਡਿਊਟੀ ਤੁਹਾਨੂੰ ਸਮਝਾਉਣ ਆਏ, ਤੁਸੀਂ ਸਮਝ ਜਾਓ ਬਸ। ਬਿਲਕੁਲ, ਗੁਰੂ ਸਾਹਿਬ ਤਾਂ ਇੱਕ ਉਹ ਰੋਲ ਅਦਾ ਕਰ ਰਹੇ ਆ ਵੀ ਉਹ ਸਾਡੀ ਬਾਂਹ ਫੜ ਕੇ ਸਾਨੂੰ ਪਾਰ ਲਾ ਰਹੇ ਆ। ਬਿਲਕੁਲ, ਉਹਨਾਂ ਨੇ ਉਹ ਜਿਸ ਪਰਮਾਤਮਾ ਦੀ ਗੱਲ ਕਰ ਰਹੇ ਆ ਨਾ, ਜਿਸ ਪਰਮਾਤਮਾ ਤੱਕ ਉਹ ਪਹੁੰਚੇ ਆ, ਜਿਸ ਪਰਮਾਤਮਾ ਦੇ ਸ਼ਬਦ ਉਹਨਾਂ ਦੇ ਅੰਦਰੋਂ ਬਾਣੀ ਦੇ ਰੂਪ ਵਿੱਚ ਬਾਹਰ ਆਏ ਆ, ਜੋ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ, ਉਸ ਪਰਮਾਤਮਾ ਨੂੰ ਉਹ ਖੁਦ ਮਿਲੇ ਆ, ਤੇ ਸਾਡੀ ਬਾਂਹ ਫੜ ਕੇ ਸਾਨੂੰ ਵੀ ਉੱਥੇ ਤੱਕ ਉਹ ਪਹੁੰਚਾਉਣ ਦਾ ਕੰਮ ਕਰਦੇ ਆ ਗੁਰੂ ਸਾਹਿਬ ਕਰ ਰਹੇ ਆ। ਹਾਂਜੀ, ਭਗਤ ਧੰਨਾ ਜੀ ਦਾ ਦੇਖੋ ਅੱਜ ਆਪਾਂ ਪ੍ਰਸੰਗ ਲਿਆ, ਠੀਕ ਆ, ਉਹਨਾਂ ਨੇ ਮੂਰਤੀ ਪੂਜਾ ਤੋਂ ਸਾਨੂੰ ਬਿਲਕੁਲ ਬੇਵਰਜਿਤ ਕੀਤਾ ਹੈ। ਬਿਲਕੁਲ, ਇਹ ਸਾਖੀ ਕਿਵੇਂ ਲਿਖੀ ਗਈ ਇਹ ਤਾਂ ਚਲੋ ਇਤਿਹਾਸਕਾਰ ਜਾਣਨ ਹੈ ਜੀ, ਪਰ ਜੋ ਗੁਰਬਾਣੀ ਚ ਉਦਾਹਰਨ ਆ ਆਪਾਂ ਉਸ ਮੁਤਾਬਕ ਤੁਹਾਨੂੰ ਵਿਚਾਰ ਕਰ ਰਹੇ ਹਾਂ। ਜਿਵੇਂ ਮਹਾਰਾਜ ਕਹਿੰਦੇ ਨਾ, ਘਰ ਮੇ ਠਾਕੁਰ ਨਜ਼ਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ ਹੈ। ਪਾਹਣ ਮਤਲਬ ਪੱਥਰ, ਪੱਥਰ ਨੂੰ ਲੈ ਕੇ ਅਸੀਂ ਕਹਿੰਦੇ ਆਪਣੇ ਗਲੇ ਦੇ ਵਿੱਚ ਲਟਕਾ ਲੈਂਦੇ, ਤੇ ਕਹਿੰਦੇ ਭਰਮੇ ਪੂਲਾ ਸਾਕਤ ਫਿਰਤਾ ਨੀਰ ਵਰੋਲੇ ਖੱਪ ਖੱਪ ਮਰਤਾ। ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸਕੋ ਡੂਬਤਾ। ਉਹ ਪੱਥਰ ਤਾਂ ਡੁੱਬਿਆ ਹੀ ਆ, ਤੁਹਾਡੇ ਕੋਲ ਕਹਿੰਦੇ ਮੱਥ ਹੈਗੀ ਆ, ਤੁਸੀਂ ਪੱਥਰ ਨੂੰ ਲੈ ਕੇ ਤਰ ਸਕਦੇ, ਤੁਹਾਡੇ ਕੋਲ ਜੁਗਤੀ ਹੈਗੀ, ਉਹਦੇ ਕੋਲ ਕੋਈ ਜੁਗਤ ਨੀ ਹੈਗੀ, ਇੰਨਾ ਉਹਨੂੰ ਗਿਆਨ ਹੀ ਨੀ ਦਿੱਤਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਗੁਣੇ ਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਾਮੀ, ਵੀ ਪੱਥਰ ਦੀ ਜੇ ਤੁਸੀਂ ਬੇੜੀ ਦੇ ਵਿੱਚ ਬੈਠ ਗਏ ਤਾਂ ਤੁਸੀਂ ਪਾਰ ਨਹੀਂ ਜਾ ਸਕਦੇ, ਠੀਕ ਹੈ ਜੀ। ਇਸ ਕਰਕੇ ਮਹਾਰਾਜ ਕਹਿ ਰਹੇ ਗੁਰਮਿਲ ਨਾਨਕ ਠਾਕੁਰ ਜਾਤਾ, ਗੁਰੂ ਨੇ ਕਹਿੰਦੇ ਵੀ ਉਸ ਠਾਕੁਰ ਦੇ ਬਾਰੇ ਸਾਨੂੰ ਸਮਝਾ ਦਿੱਤਾ, ਜਾਤਾ ਮਤਲਬ ਸਮਝਾ ਦਿੱਤਾ, ਦੱਸ ਦਿੱਤਾ, ਜਲ ਥਲ ਮਈਲ ਪੂਰਨ ਵਿਦਾਤਾ, ਵੀ ਸਾਰੀ ਥਾਂ ਤੇ ਉਹ ਪਰਮਾਤਮਾ ਹੀ ਮੌਜੂਦ ਆ ਜੀ। ਸੋ ਇਸ ਕਰਕੇ ਆਪਾਂ ਨੂੰ ਗੁਰਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਹੌਲੀ ਹੌਲੀ ਆਪਾਂ ਸਹਿਜ ਚ ਜਾਈਏ, ਸਹਿਜ ਵਿੱਚ ਜਾਵਾਂਗੇ, ਬੈਠਾਂਗੇ, ਭਗਤੀ ਕਰਾਂਗੇ, ਸਾਨੂੰ ਵੀ ਸੁੱਖ ਮਿਲੂਗਾ, ਸਾਡੇ ਸਵਾਸ ਵੀ ਜਮ੍ਹਾਂ ਹੋਣਗੇ, ਉਸ ਜਮ੍ਹਾਂ ਪੂੰਜੀ ਦੇ ਬਦਲੇ ਉਹ ਮਾਲਕ ਸਾਨੂੰ ਖੁਸ਼ ਹੋ ਕੇ ਆਪਣੇ ਮੁੱਖ ਦੀ ਆਵਾਜ਼ ਨਾਮ ਜੋ ਧੁਨਾ ਦੇ ਰੂਪ ਦੇ ਵਿੱਚ ਉਹ ਸੁਣਾਊਗਾ। ਇਹ ਸਰਵਣ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਵੀ ਇਹ ਕੰਨਾਂ ਨੂੰ ਸਰਵਣ ਕਹਿਤਾ ਨਾ, ਵੀ ਤੁਹਾਨੂੰ ਸਰੀਰ ਦੇ ਨਾਲ ਲਾਇਆ ਤਾਂ ਤੁਸੀਂ ਸੱਚੀ ਬਾਣੀ ਸੁਣਨੀ ਹੈ, ਉਹ ਪਰਮਾਤਮਾ ਦੇ ਮੁੱਖ ਚੋਂ ਜਿਹੜੀ ਆਵਾਜ਼ ਆ ਰਹੀ ਉਹਨੂੰ ਸੁਣਨਾ ਹੈ ਜੀ। ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ, 52 ਅੱਖਰ ਲੋਕਤਰੇ ਸਭ ਕੁਛ ਇਨੀ ਮਾਇਓ, ਇਹ ਅੱਖਰ ਫਿਰ ਜਾਏਗੇ, ਉਹ ਅੱਖਰ ਇਨਵੇਂ ਨਾ ਆਏ। ਵੀ ਜਿੱਦਾਂ ਸੰਸਕ੍ਰਿਤ ਦੇ 52 ਅੱਖਰ ਕਹੇ ਗਏ ਆ, ਮੈਂ ਸੰਸਕ੍ਰਿਤ ਤਾਂ ਨਹੀਂ ਜਾਣਦਾ, ਆਪਣੀ ਪੰਜਾਬੀ ਚ 35 ਅੱਖਰ ਹੀ ਕਹਿ ਦਿੱਤਾ। ਉਹ ਕਹਿੰਦੇ ਵੀ ਇਹ ਅੱਖਰ ਸਾਰੇ ਇਸ ਯੁੱਗ ਦੇ ਆ, ਇੱਥੇ ਰਹਿ ਜਾਣੇ, ਇਸ ਤੋਂ ਅੱਗੇ ਨੀ ਜਾਣੇ। ਉੱਥੇ ਕਹਿੰਦੇ ਜਦੋਂ ਅੱਗੇ ਪਹੁੰਚਣਾ, ਉੱਥੇ ਪਰਮੇਸ਼ਵਰ ਦੀ ਧੁਰ ਕੀ ਬਾਣੀ ਜਿਹੜੀ ਆ ਉਹ ਆ, ਉਹਨੂੰ ਕਹਿੰਦੇ ਕੈਚ ਕਰਨਾ ਸਾਡੇ ਕੰਨਾਂ ਨੇ, ਉਹਨੂੰ ਸੁਣ ਸੁਣ ਕੇ ਕਹਿੰਦੇ ਫਿਰ ਅਸੀਂ ਆਪਣੇ ਘਰ ਜਾਣਾ ਜੀ। ਠੀਕ ਹੈ ਜੀ।
अच्छा भाई साहब जी, भगत धन्ना जी दे शब्द ने जिहड़े गुरबाणी दे विच उहना ओह किवें दस रहे आ कि परमात्मा नूं जदों तुसीं पा लैंदे हो ते ओह किवें तुहाडे अंग संग सहाई रहिंदा, जां फिर इह कह लो वी किवें ओह तुहाडे कारज पूरे करदा। ਇਹ ਤਾਂ ਇੱਕ ਭਰੋਸੇ ਦੀ ਗੱਲ ਆ, ਮਾਲਕ ਤਾਂ ਸਦਾ ਹੀ ਅੰਗ ਸੰਗ, ਕਦੀ ਵੀ ਨਹੀਂ ਉਹ ਸਾਡੇ ਤੋਂ ਦੂਰ। ਕਹ ਰਵਿਦਾਸ ਹੱਥ ਪੈ ਨੇੜੇ, ਵੀ ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਸਭ ਤੋਂ ਨੇੜੇ, ਜਿੱਥੇ ਸਾਡਾ ਸਰੀਰ ਆਹ ਕਹਿ ਲਓ ਕਿ ਖਤਮ ਹੁੰਦਾ ਨਾ, ਨਾਲ ਹੀ ਸ਼ੁਰੂ ਹੋ ਗਿਆ ਜੀ। ਅਤੇ ਜੇ ਅੰਦਰ ਝਾਤੀ ਮਾਰੇ ਅੰਦਰ ਵੀ ਉਹੀ ਬੈਠਾ ਹੈ। ਪਰ ਹੁਣ ਜੇ ਡਾਕਟਰੀ ਭਾਸ਼ਾ 'ਚ ਦੇਖੀਏ ਤਾਂ ਉਹ ਕਹੋਗੇ ਵੀ ਅੰਦਰ ਤਾਂ ਆਹ ਤੁਹਾਡਾ ਦਿਲ ਆ, ਫਲਾਨੀਆਂ ਚੀਜ਼ਾਂ, ਦਿਮਾਗ ਆ, ਜਿਗਰ ਆ, ਉਹ ਆ ਫਲਾਨਾ ਆ। ਪਰ ਜਿਹੜੀ ਚੀਜ਼ ਹੈਗੀ ਆ ਸੋ ਹੈਗੀ ਹੈ ਨਾ ਜੀ। ਜੋ ਮਹਾਰਾਜ ਨੇ ਲਿਖਤਾ ਅੰਤਰ ਬਾਹਰ ਹਰ ਪੜਾ ਵੇਖੋ, ਅੰਦਰ ਬਾਹਰ ਕਹਿੰਦੇ ਸਭ ਕੁਝ ਹੋ ਗਿਆ। ਤੋ ਇਸ ਕਰਕੇ ਆਪਾਂ ਉਹਨੂੰ ਚੀਜ਼ ਨੂੰ ਮੁੱਖ ਰੱਖਣਾ। ਹੁਣ ਜਿੱਦਾਂ ਹੁਣ ਜਿਵੇਂ ਹੀ ਦੇਖੋ ਇਹ ਆ ਕਿ ਮਾਲਕ ਸਭ ਦੇ ਕਾਰਜ ਸਵਾਰਦਾ ਜੀ, ਗੁਰਮੁਖ ਦੇ ਵੀ ਮਨਮੁਖ ਦੇ ਵੀ। ਫਰਕ ਸਿਰਫ ਇੰਨਾ ਆ, ਮਨਮੁਖ ਕਹਿੰਦਾ ਵੀ ਮੈਂ ਕੀਤਾ, ਗੁਰਮੁਖ ਕਹਿੰਦਾ ਨਹੀਂ ਪਰਮਾਤਮਾ ਨੇ ਉਹਨੇ ਕੀਤਾ ਜੀ, ਮੇਰੇ ਕੋਲ ਨਹੀਂ ਕੋਈ ਨੀ ਸਮਰੱਥਾ, ਇਹ ਉਹ ਹੀ ਕਰਨ ਵਾਲਾ। ਬਿਲਕੁਲ। ਤੇ ਜਿੱਦਾਂ ਭਗਤ ਧੰਨਾ ਜੀ ਨੇ ਬੇਨਤੀ ਕੀਤੀ ਨਾ ਮਾਲਕ ਨੂੰ ਵੀ ਮੈਂ ਬਹੁਤ ਵੱਡਾ ਮੰਗਤਾ, ਗੋਪਾਲ ਤੇਰਾ ਆਰਤਾ, ਆਰਤਾ ਮਤਲਬ ਕਿ ਮੈਂ ਤੇਰੇ ਕੋਲ ਮੰਗਦਾ, ਆਰਤੇ ਦਾ ਮਤਲਬ ਇਹ ਹੁੰਦਾ ਮੰਗਦਾ ਪਿਆ। ਗੋਪਾਲ ਪਰਮਾਤਮਾ ਨੂੰ ਕਹਿਤਾ ਹੈ ਵੀ ਜਿਹੜੇ ਤੇਰੀ ਕਹਿੰਦੇ ਭਗਤ ਕਰਦੇ ਆ ਵੀ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ ਨਾ, ਕਿਵੇਂ ਸਵਾਰਦਾ। ਹੁਣ ਦੇਖੋ ਕਿਵੇਂ ਸਵਾਰਦਾ। ਇੱਕ ਉਦਾਹਰਨ ਦਿੰਦਾ ਤੁਹਾਨੂੰ ਵੀ ਜਿੱਦਾਂ ਹੁਣ ਆਪਾਂ ਸੰਗਤ ਕਰਦੇ ਹਾਂ, ਇਹ ਪਹਿਲਾਂ ਆਪ ਬੰਦਾ ਕਮਾਈ ਕਰਦਾ, ਪਰਮਾਤਮਾ ਨੂੰ ਪਾਉਂਦਾ, ਫਿਰ ਹੌਲੀ ਹੌਲੀ ਪਰਮਾਤਮਾ ਵੱਲੋਂ ਡਿਊਟੀ ਲੱਗਦੀ, ਉਹ ਫਿਰ ਦੂਜੇ ਨੂੰ ਸਮਝਾਉਂਦਾ, ਦੂਜੇ ਫਿਰ ਉਹ ਘੁਲਾਉਂਦੇ ਸਿੱਖਣ, ਉਹ ਜਿਹੜੀਆਂ ਰੂਹਾਂ ਉਹ ਮਨ ਜਿਹੜੇ ਤੜਫ ਰੱਖਦੇ, ਇੱਕ ਹੋਇਆ, ਦੋ ਹੋਇਆ, ਤਿੰਨ ਹੋਇਆ, ਦਸ, ਵੀਹ, ਪੰਜਾਹ, ਸੌ, ਹਜ਼ਾਰ, ਏਦਾਂ ਸੰਗਤ ਹੌਲੀ ਹੌਲੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਇੱਦਾਂ ਭਗਤ ਧੰਨਾ ਜੀ ਦੇ ਕਿਉਂਕਿ ਜ਼ਿਮੀਦਾਰ ਸੀ, ਖੇਤੀਬਾੜੀ ਦਾ ਕੰਮ ਵੀ ਕਰਨਾ ਸੀ। ਬਿਲਕੁਲ। ਉਹ ਜਿਵੇਂ ਜਿਵੇਂ ਉਹ ਭਗਤ ਜੀ ਨੇ ਉਹ ਪ੍ਰਚਾਰ ਸ਼ੁਰੂ ਕੀਤਾ, ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ, ਲਾਹਾ ਲੈਣ ਪਏ, ਹਰ ਇੱਕ ਨੂੰ ਸੁੱਖ ਮਿਲਣਾ ਸ਼ੁਰੂ ਹੋ ਗਿਆ, ਤੋ ਸੰਗਤ ਨੇ ਹੀ ਵਿੱਚੋਂ ਖੇਤਾਂ ਨੂੰ ਉਸ ਟਾਈਮ ਦੇਖ ਲਓ ਜਿਵੇਂ ਭਗਤ ਜੀ ਨੇ ਆ ਸ਼ਬਦ ਦੇ ਵਿੱਚ ਕਿਹਾ, ਹੁਣ ਮੰਗਿਆ ਨਾ ਪਰਮਾਤਮਾ ਕੋ ਵੀ ਦਾਲ ਸੀਧਾ ਮੰਗੋ, ਕਿ ਉਹ ਹਮਰਾ ਖੁਸ਼ੀ ਕਰੇ ਨੇ ਤੇ ਜੀਓ, ਬਣੀਆਂ ਸ਼ਾਦਾਂ ਨੇਕਾ ਅਨਾਜ ਮੰਗੋ ਸਤਿ ਸ੍ਰੀ ਅਕਾਲ, ਮੈਨੂੰ ਦਾਲ ਵੀ ਵਧੀਆ ਚਾਹੀਦੀ, ਆਟਾ ਵੀ ਹੈ, ਮੈਨੂੰ ਅਨਾਜ ਵੀ ਕਹਿੰਦੇ ਉਹ ਦਿਓ ਜਿਹੜਾ ਸੱਤਾਂ ਸੱਤ ਵਾਰੀ ਇਹਦਾ ਖੇਤ ਨੂੰ ਵਾਹ ਕੇ ਉਹਦੇ ਵਿੱਚ ਬੀਜਿਆ ਹੋਵੇ, ਹੈ ਗਊ ਭੈਂਸ ਮੰਗੋ ਲਵੇਰੇ ਇੱਕ ਤਾਜੇ ਤੁਰੀ ਚੰਗੇਰੀ, ਘਰ ਕੀ ਗਈ ਹੁਣ ਚੰਗੇ ਗਏ, ਮੈਨੂੰ ਘਰ ਵਾਲੀ ਪਤਨੀ ਹੈ, ਜਨ ਧੰਨਾ ਲਵੇ ਮੰਗੀ ਮੰਗਿਆ ਮਤਲਬ ਹੈ। ਏਦਾਂ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਨਾ, ਫਿਰ ਤਾਂ ਕੀ ਹੁੰਦਾ ਕਿ ਉਹ ਫਿਰ ਕਾਰਜ ਜਿਹੜੇ ਨਾ ਸੰਗਤ ਆਪ ਕਰਨੇ ਸ਼ੁਰੂ ਕਰ ਦਿੰਦੀ ਹੈ। ਜਿੱਦਾਂ ਹੁਣ ਭਗਤ ਜੀ ਨੇ ਉਪਦੇਸ਼ ਕਰਨਾ, ਹੁਣ ਉਹਨਾਂ ਕੋਲ ਉਪਦੇਸ਼ ਕਰਨ ਜੋਗਾ ਸਮਾਂ ਹੋਣਾ, ਖੇਤੀਬਾੜੀ ਕਰਨ ਜੋਗਾ ਟਾਈਮ ਤਾਂ ਨਹੀਂ ਹੋਣਾ, ਸੰਗਤ ਆਪ ਕਰਨ ਲੱਗ ਪੈਂਦੀ ਆ ਵੀ ਆਪਾਂ ਇਹ ਕਾਰਜ ਵੀ ਚਲਾਉਣਾ, ਲੰਗਰ ਪਾਣੀ ਵੀ ਛਕਣਾ, ਕੋਈ ਸਰੀਰ ਦੀ ਲੋੜ ਆ, ਕੱਪੜਾ ਵੀ ਚਾਹੀਦਾ, ਰੋਟੀ ਵੀ ਚਾਹੀਦੀ ਹੈ, ਰੋਟੀ ਤਾਂ ਚਾਹੀਦੀ ਚਾਹੀਦੀ ਹੈ ਨਾ। ਤੇ ਇਸ ਕਰਕੇ ਜਦੋਂ ਸੰਗਤ ਕਰਨ ਲੱਗ ਪੈਂਦੀ ਹੈ, ਸਮਝੋ ਕਿ ਸਾਰਿਆਂ ਵਿੱਚ ਪਰਮਾਤਮਾ ਹੈ, ਤੇ ਕਾਰਜ ਕੌਣ ਕਰ ਰਿਹਾ? ਪਰਮਾਤਮਾ। ਉਹ ਪਰਮਾਤਮਾ ਕਰ ਰਿਹਾ ਸੰਗਤ ਦੇ ਰੂਪ ਚ, ਸੰਗਤ ਦੇ ਰੂਪ। ਅੱਛਾ, ਉਹਨਾਂ ਨੇ ਇਹ ਚੀਜ਼ ਨੂੰ ਸਮਝਿਆ ਵੀ ਹਾਂਜੀ ਵੀ ਤੁਸੀਂ ਸਾਡੇ ਕਾਰਜ ਪਰਮਾਤਮਾ ਹੀ ਕਰ ਰਿਹਾ ਹੈ। ਅੱਜ ਵੀ ਉਹੀ ਆ, ਜਿੱਥੇ ਵੀ ਤੁਸੀਂ ਸੰਗਤ ਦੀ ਬੈਠ ਕੇ ਜੋ ਵੀ ਗੱਲ ਕਰੋਗੇ, ਕਰਦੇ ਸਾਰਾ ਪਰਮਾਤਮਾ ਹੀ ਹੈ, ਠੀਕ ਹੈ, ਕਿਉਂਕਿ ਉਹਨਾਂ ਨੂੰ ਸੁੱਖ ਮਿਲਦਾ ਹੈ ਜੀ। ਜੋ ਕੁਛ ਵੀ ਕਰਨਾ ਇੱਕੋ ਨੇ ਕਰਨਾ, ਕਰਮ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਈ ਸੋਏ ਜੀ। ਵੀ ਪਰਮਾਤਮਾ ਹੀ ਕਰਨ ਵਾਲਾ ਹੈ, ਦੂਜਾ ਕੋਈ ਨੀ ਹੈ, ਕੁਛ ਨਹੀਂ ਕਿਸੇ ਵੀ ਰੂਪ ਚ ਕਰ ਸਕਦਾ, ਬਈ ਇਨਸਾਨਾਂ ਦੇ ਥਰੂ ਕਰਵਾ ਸਕਦਾ ਜਾਂ ਕਿਸੇ ਤਰ੍ਹਾਂ ਵੀ, ਸਾਰਾ ਕੁਛ ਇੱਕੋ ਹੀ ਹੈ, ਇੱਕ ਹੀ ਕਰਦਾ ਸਾਰਾ ਕੁਛ, ਉਹ ਤੋਂ ਇਲਾਵਾ ਦੂਜਾ ਕੋਈ ਹੋਇਆ ਨਾ ਹੋਣਾ ਹੈ ਤੇ ਨਾ ਕੁਛ ਕਦੀ ਹੋਊਗਾ ਜੀ। ਸੋ ਇਹ ਸੀ ਅੱਜ ਦੀ ਮੈਂ ਬੇਨਤੀ ਤੁਹਾਨੂੰ ਕਰਨੀ ਸੀ ਜੀ। ਠੀਕ ਹੈ ਜੀ, ਹਾਂਜੀ। ਸੋ ਇਹ ਦੋਸਤੋ ਤੁਸੀਂ ਸੁਣੀ ਭਗਤ ਧੰਨਾ ਜੀ ਦੇ ਜੀਵਨ ਦੇ ਬਾਰੇ, ਉਹਨਾਂ ਦੀ ਸਾਖੀ ਵੀ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਰਿਹਾ ਔਰ ਕਿਸ ਤਰ੍ਹਾਂ ਉਹਨਾਂ ਨੇ ਭਗਤ ਸਾਹਿਬਾਨਾਂ ਦੇ ਜਿਹੜੇ ਜੀਵਨ ਵੱਲ ਦੇਖਿਆ ਕਿ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਫਿਰ ਉਹਨਾਂ ਦਾ ਸ਼ਬਦ ਵੀ ਆਉਂਦਾ ਵਿੱਚ, ਜਿਸ ਸ਼ਬਦ ਦੇ ਵਿੱਚ ਉਹਨਾਂ ਨੇ ਸਾਫ਼ ਸਾਫ਼ ਲਿਖਿਆ ਕਿ ਮੈਂ ਉਹਨਾਂ ਭਗਤ ਸਾਹਿਬਾਨਾਂ ਦੀ ਸੰਗਤ ਕਰਕੇ ਉਹਨਾਂ ਨੇ ਮੈਨੂੰ ਗੁਰੂ ਦਾ ਸ਼ਬਦ ਦਿੱਤਾ, ਉਹ ਸ਼ਬਦ ਦਿੱਤਾ ਵੀ ਜਿਹਦੇ ਨਾਲ ਉਹ ਭਗਤੀ ਕਰਨ ਲੱਗੇ, ਤੇ ਫਿਰ ਜਾ ਕੇ ਉਹਨਾਂ ਨੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਕੀਤੀ ਤੇ ਬਾਅਦ ਦੇ ਵਿੱਚ
ਜਿਸ ਤਰ੍ਹਾਂ ਵੀ ਦੱਸਦੇ ਆ ਕਿ ਸੰਗਤਾਂ ਦਾ ਵੀ ਆਉਣਾ ਹੋਇਆ ਜਾਂ ਗੋਪਾਲ ਤੇ ਰੁਆਰਤਾ ਉਹਦੇ ਵਿੱਚ ਉਹਨਾਂ ਨੇ ਸਾਰਾ ਜੋ ਵੀ ਜ਼ਿਕਰ ਕੀਤਾ ਸੋ ਇਹ ਸੀਗੀ ਵਿਚਾਰ ਭਗਤ ਧੰਨਾ ਜੀ ਦੇ ਜੀਵਨ ਬਾਰੇ ਕਿ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਿੱਦਾਂ ਕੀਤੀ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ।